ਦਾ ਇੱਕ ਸਲੋਗਨ ਆ ਬੜਾ ਪੁਰਾਣਾ, ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ। ਪਾਪਾ ਜੀ ਗਏ ਲੈਣ ਕਿਤਾਬ, ਅੱਗੋਂ ਮਿਲ ਗਈ ਫੇਰ ਸ਼ਰਾਬ। ਪਹਿਲਾਂ ਇਹਦਾ ਨਾਮ ਗੁਰੂ ਰਾਮਦਾਸ ਜੀ ਨਗਰ ਹੁੰਦਾ ਸੀ, ਫਿਰ ਅੰਮ੍ਰਿਤਸਰ ਸਾਹਿਬ ਨਾਮ ਰੱਖ ਦਿੱਤਾ ਗਿਆ। ਪਵਿੱਤਰ ਸ਼ਹਿਰ ਆ ਇਹ। ਪਹਿਲੀ ਤਾਂ ਗੱਲ ਇਹ ਆ ਕਿ ਪਵਿੱਤਰ ਸ਼ਹਿਰ ਡਰਾਈ ਸਿਟੀ ਹੋਣਾ ਚਾਹੀਦਾ ਹੈ। ਅੱਜ ਮੁੱਦਾ ਇਹ ਅੰਮ੍ਰਿਤਸਰ ਡਰਾਈ ਸਿਟੀ 'ਤੇ ਕੀ ਬਾਨਾ। ਅੰਮ੍ਰਿਤਸਰ ਦੇ ਵਿੱਚ ਸਕੋਚ ਦੇ ਨਾਮ ਦੀਆਂ ਲਾਇਬ੍ਰੇਰੀਆਂ ਖੁੱਲ੍ਹ ਰਹੀਆਂ ਨੇ। ਪਾਪਾ ਨੇ ਸਰਕਾਰ ਦੇ ਕਹਿਣ 'ਤੇ ਸ਼ਰਾਬ 'ਤੇ ਛੱਡ ਦਿੱਤੀ ਕਿ ਚੱਲ ਮੇਰੇ ਬੱਚੇ ਕਹਿ ਰਹੇ ਆ ਕਿ ਸ਼ਰਾਬ ਛੱਡ ਦਿਓ, ਮੈਨੂੰ ਕਿਤਾਬ ਲੈ ਦਿਓ। ਹੁਣ ਪਾਪਾ ਨੇ ਕਿਹਾ ਮੈਂ ਸ਼ਰਾਬ ਦੇ ਪੈਸੇ ਬਚਾ ਲਏ ਆ ਅਤੇ ਮੈਂ ਕਿਤਾਬ ਲੈਣ ਜਾਂਦਾ। ਉਹ ਭੱਜਦਾ ਭਜਾਉਂਦਾ ਪਹੁੰਚ ਗਿਆ, ਉਹਨੇ ਪੜ੍ਹ ਲਿਆ ਲਾਇਬ੍ਰੇਰੀ, ਕਹਿੰਦਾ ਕਿਤਾਬਾਂ ਹੀ ਮਿਲਦੀਆਂ ਹੋਣੀਆਂ। ਅੱਗੋਂ ਫਿਰ ਉਹਨੂੰ ਸ਼ਰਾਬ ਮਿਲ ਗਈ, ਸ਼ਰਾਬ ਤਾਂ ਪਹਿਲਾਂ ਆਦੀ ਸੀ। ਉਹਨੂੰ ਦੱਸਿਆ ਤਾਂ ਕਨੇਡਾ ਵਾਲੀ ਸ਼ਰਾਬ ਆ, ਆਹ ਅਮੈਰੀਕਾ ਵਾਲੀ ਸ਼ਰਾਬ ਆ, ਆਹ ਯੂਰਪ ਦੀ ਸ਼ਰਾਬ ਆ, ਆਹ ਰੂਸ ਦੀ ਸ਼ਰਾਬ ਆ। ਉਹ ਫਿਰ ਸ਼ਰਾਬ ਲੈ ਕੇ ਘਰ ਚਲਾ ਗਿਆ। ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬੀ ਜਿਹੜੇ ਆ ਪਹਿਲਾਂ ਵਾਂਗੂ ਤੰਦਰੁਸਤ ਅਤੇ ਸਿਹਤਮੰਦ ਹੋਣ, ਕਿਉਂਕਿ ਪੰਜਾਬ ਦਾ ਜਿਹੜਾ ਜੁੱਸਾ ਵਾ ਉਹ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਵਰਗਾ, ਜੱਸਾ ਸਿੰਘ ਆਹਲੂਵਾਲੀਆ ਵਰਗਾ, ਉਹਨੂੰ ਇਹ ਖਤਮ ਕਰ ਦੇਣਾ ਚਾਹੁੰਦੀਆਂ ਸਰਕਾਰਾਂ। ਇਹ ਅੰਮ੍ਰਿਤਸਰ ਦਾ ਉਹ ਏਰੀਆ ਵਾ ਜਿੱਥੋਂ ਸਿੱਧੂ MLA ਆ, ਪੂਰਬੀ ਹਲਕੇ ਦੀ ਜਗ੍ਹਾ ਵਾ ਇਹ ਜਿੱਥੋਂ ਸਿੱਧੂ MLA ਆ। MLA ਦੀ ਨਿਗਾਹ ਵੀ ਨਹੀਂ ਇਹਦੇ ਉੱਤੇ ਪਈ। ਮੰਤਰੀ ਵੀ ਸਾਡੇ ਇੱਥੇ ਬਹੁਤ ਮੰਤਰੀ ਰਹਿੰਦੇ, ਬਹੁਤ MLA ਆ, ਕਾਂਗਰਸ ਦੇ MLA ਸੰਬੰਧਿਤ ਸਰਕਾਰ ਦੇ ਸੱਤਾਧਿਰ ਦੇ MLA, ਉਹਨਾਂ ਦੀ ਨਜ਼ਰ ਪੈਂਦੀ ਆ, ਨਜ਼ਰ ਪੈ ਜਾਂਦੀ ਆ, ਪਰ ਫੋਨ ਕਰਦੇ ਯਾਰ ਤੂੰ ਮੈਨੂੰ ਹਿੱਸਾ ਤਾਂ ਪਹੁੰਚਾਇਆ ਹੀ ਨਹੀਂ। ਉਹ ਹਿੱਸਾ ਪਹੁੰਚ ਜਾਂਦਾ ਅੰਦਰੋਂ ਅੰਦਰੀ, ਨਜ਼ਰ ਇਹ ਨਹੀਂ ਨਜ਼ਰ ਨਹੀਂ ਪੈਂਦੀ, ਨਜ਼ਰ ਪੈਂਦੀ ਆ ਸਿਰਫ ਇਸ ਕਰਕੇ ਹਿੱਸਾ ਲੈਣ ਵਾਸਤੇ। ਮੈਨੂੰ ਡਰ ਆ ਕਿ ਲੋਕ ਫਿਰ ਸਿੱਧੂ ਦੀਆਂ ਗੱਲਾਂ ਦੇ ਵਿੱਚ ਨਾ ਆਉਣ। ਸਿੱਧੂ ਦੀਆਂ ਵੀ ਗੱਲਾਂ ਹੀ ਆ, ਗਪੌੜੀ ਆ, ਪ੍ਰਸ਼ਾਂਤ ਕਿਸ਼ੋਰ ਦਾ ਤੋਤਾ ਵਾ, ਇਹਨਾਂ ਤੋਂ ਬਚ ਜਾਓ ਪੰਜਾਬ ਦੇ ਲੋਕੋ, ਇਹਨਾਂ ਤੋਂ ਬਚ ਜਾਓ ਤਾਂ ਹੀ ਤੁਹਾਡਾ ਭਲਾ ਹੋਊਗਾ। ਜਦੋਂ ਕੁਰਸੀ ਖੁਸਤੀ ਦਿਖੀ, ਕੈਪਟਨ ਦੀ ਪਕੜ ਹੁੰਦੀ ਦਿਖੀ, ਅਤੇ ਟਵੀਟ 'ਤੇ ਇੱਕ ਲੜਾਈ ਕਰਨੀ ਸ਼ੁਰੂ ਕਰਤੀ, ਬੇਅਦਬੀ ਦਾ ਨਾਮ ਲੈਣਾ ਸ਼ੁਰੂ ਕਰਤਾ, ਬਾਕੀ ਮੁੱਦਿਆਂ ਦਾ ਨਾਮ ਲੈਣਾ ਸ਼ੁਰੂ ਕਰਤਾ, ਐਜੂਕੇਸ਼ਨ ਦੀ ਗੱਲ ਕਰਨੀ ਸ਼ੁਰੂ ਕਰਤੀ। ਜਦੋਂ ਕਾਂਗਰਸ ਨੇ ਵੇਖਿਆ ਕਿ ਸਿੱਧੂ ਜਿਹੜਾ ਆਕ੍ਰਾਮਕ ਹੋ ਗਿਆ, ਅਤੇ ਕਾਂਗਰਸ ਨੇ ਉਹਨੂੰ ਚੋਗਾ ਪਾ ਦਿੱਤਾ, ਉਹਨੂੰ ਤੋਤਾ ਬਣਾ ਲਿਆ, ਦਿੱਲੀ ਸੱਦ ਕੇ ਉਹਨੂੰ ਤੋਤਾ ਬਣਾ ਲਿਆ ਕਿ ਤੂੰ ਬੋਲਣਾ ਨਹੀਂ, ਤੂੰ ਸਾਡਾ ਪ੍ਰਧਾਨ ਨਹੀਂ, ਤੂੰ ਬੋਲਣਾ ਨਹੀਂ ਆ। ਅੱਜ ਉਹ ਮੀਡੀਆ ਦੇ ਸਾਹਮਣੇ ਅੰਜ ਉਂਗਲ ਕਰ ਦਿੰਦਾ, ਨੋ ਕਮੈਂਟ ਕਰ ਦਿੰਦਾ, ਕਿਉਂਕਿ ਉਹਨੂੰ ਸਰਕਾਰ ਦੇ ਕੋਲੋਂ ਉੱਪਰੋਂ ਆਰਡਰ ਨਹੀਂ ਆ ਬੋਲਣ ਦਾ। ਇੱਕ ਚਿੱਠੀ ਇਹਨੇ ਵਿਖਾਵੇ ਵਾਸਤੇ ਕੈਪਟਨ ਨੂੰ ਮਿਲ ਕੇ ਦੇ ਆਇਆ ਵਾ ਕਿ ਚਾਚਾ ਜੀ ਇਹਦਾ ਕੰਮ ਕਰੋ, ਪਾਪਾ ਜੀ ਇਹਦਾ ਕੰਮ ਕਰੋ, ਪਰ ਉਨੀ ਦੇਰ ਨੂੰ ਕੋਡ ਆਫ ਕੰਡਕਟ ਲੱਗ ਜਾਣਾ, ਫਿਰ ਇਹਨੇ ਭੜਕਾਂ ਮਾਰਨੀਆਂ ਸਟੇਟਾਂ ਦੇ ਉੱਪਰ, ਮੈਨੂੰ ਬਣਾਓ ਮੁੱਖ ਮੰਤਰੀ, ਮੈਂ ਦੇਖੀ ਕਿਸ ਤਰ੍ਹਾਂ ਅੰਦਰ ਕਰਦਾ, ਮੈਂ ਦੇਖੀ ਕਿਸ ਤਰ੍ਹਾਂ ਅੰਦਰ ਕਰਦਾ। ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਮੈਂ ਕਵਾ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ। ਅਸੀਂ ਅਕਸਰ ਦੇਖਦੇ ਹਾਂ ਵੀ ਜਦੋਂ ਅਸੀਂ ਗਿਆਨ ਪ੍ਰਾਪਤ ਕਰਨਾ ਹੋਵੇ, ਚੰਗੀਆਂ ਗੱਲਾਂ ਸਿੱਖਣੀਆਂ ਹੋਵੇ, ਤਾਂ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਜਾ ਕੇ ਲਾਇਬ੍ਰੇਰੀ 'ਚ ਜਾ ਕੇ ਉੱਥੋਂ ਕਿਤਾਬਾਂ ਲਓ। ਪਰ ਅੱਜ ਤੁਹਾਨੂੰ ਅਜਿਹੀ ਇੱਕ ਲਾਇਬ੍ਰੇਰੀ ਦਿਖਾਉਣ ਜਾ ਰਹੇ ਹਾਂ ਅੰਮ੍ਰਿਤਸਰ ਵਿੱਚ, ਜਿੱਥੇ ਕਿ ਸਕੋਚ ਦੀ ਲਾਇਬ੍ਰੇਰੀ, ਜਿੱਥੇ ਕਿ ਸ਼ਰਾਬ ਦੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਆ ਬ੍ਰਾਂਡ ਮਿਲਦੇ ਨੇ। ਆਓ ਗੱਲਬਾਤ ਕਰਦੇ ਹਾਂ ਉਸ ਮੁੱਦੇ ਦੇ, ਅੱਜ ਜਿਹੜੇ ਨੇ ਸਿੱਖ ਆਗੂਆਂ ਵਿੱਚ ਕਾਫੀ ਜਿਹੜਾ ਰੋਸ ਪਾਇਆ ਜਾ ਰਿਹਾ। ਗੱਲਬਾਤ ਕਰਾਂਗੇ ਸੁਰਜਿੰਦਰ ਸਿੰਘ ਭਗਤੂਪੁਰਾ ਸਾਡੇ ਨਾਲ ਨੇ। ਭਗਤੂਪੁਰਾ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਅਕਸਰ ਆਪਣੇ ਬੱਚਿਆਂ ਨੂੰ ਜਦੋਂ ਉਹ ਗਿਆਨ ਦੀਆਂ ਗੱਲਾਂ ਜਾਂ ਇਤਿਹਾਸ ਦੀਆਂ ਗੱਲਾਂ ਵਾਸਤੇ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਜਾ ਕੇ ਲਾਇਬ੍ਰੇਰੀ 'ਚ ਜਾ ਕੇ ਗਿਆਨ ਪ੍ਰਾਪਤ ਕਰੋ। ਪਰ ਅੱਜ ਅੰਮ੍ਰਿਤਸਰ ਵਿੱਚ ਅਜਿਹੀ ਇੱਕ ਲਾਇਬ੍ਰੇਰੀ ਖੁੱਲ੍ਹ ਗਈ ਹੈ ਸਕਾਓ ਦੀ ਲਾਇਬ੍ਰੇਰੀ, ਜਿਸ ਵਿੱਚ ਵੱਖ ਵੱਖ ਤਰ੍ਹਾਂ ਦੇ ਬ੍ਰਾਂਡ ਜਿਹੜੇ ਉਹ ਮਿਲਣਗੇ, ਕਿਸ ਤਰ੍ਹਾਂ ਦੇਖਦੇ ਹੋ? ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ ਆ, ਗੁਰੂ ਰਾਮਦਾਸ ਜੀ ਦੀ ਨਗਰੀ ਆ ਇਹ। ਪਹਿਲਾਂ ਇਹਦਾ ਨਾਮ ਗੁਰੂ ਰਾਮਦਾਸ ਜੀ ਨਗਰ ਹੁੰਦਾ ਸੀ, ਫਿਰ ਅੰਮ੍ਰਿਤਸਰ ਸਾਹਿਬ ਨਾਮ ਰੱਖ ਦਿੱਤਾ ਗਿਆ। ਪਵਿੱਤਰ ਸ਼ਹਿਰ ਆ ਇਹ। ਪਹਿਲੀ ਤਾਂ ਗੱਲ ਇਹ ਆ ਕਿ ਪਵਿੱਤਰ ਸ਼ਹਿਰ ਡਰਾਈ ਸਿਟੀ ਹੋਣਾ ਚਾਹੀਦਾ ਹੈ। ਪੂਰੇ ਸ਼ਹਿਰ ਦੇ ਵਿੱਚ ਸ਼ਰਾਬ, ਦਾਰੂ, ਮੀਟ ਕੁਛ ਨਹੀਂ ਹੋਣਾ ਚਾਹੀਦਾ। ਉਹਦੀ ਮੰਗ ਕਈ ਵਾਰੀ ਸਿੱਖ ਜਥੇਬੰਦੀਆਂ ਨੇ ਕੀਤੀ ਆ, ਪਰ ਪੂਰੇ ਜ਼ੋਰ ਸ਼ੋਰ ਨਾਲ ਨਹੀਂ ਕੀਤੀ। ਅਸੀਂ ਇਸ ਚੀਜ਼ ਦੀ ਵੀ ਮੰਗ ਕਰਦੇ ਹਾਂ, ਔਰ ਅਸੀਂ ਸਾਡਾ ਇਹ ਸੁਪਨਾ ਇਹ ਵੀ ਜਲਦੀ ਪੂਰਾ ਹੋਏਗਾ ਕਿ ਅੰਮ੍ਰਿਤਸਰ ਡਰਾਈ ਸਿਟੀ ਬਣੇ। ਪਰ ਅੱਜ ਜੋ ਮੁੱਖ ਮੁੱਦਾ ਹੈ, ਅੱਜ ਮੁੱਦਾ ਇਹ ਅੰਮ੍ਰਿਤਸਰ ਡਰਾਈ ਸਿਟੀ 'ਤੇ ਕੀ ਬਾਨਾ। ਅੰਮ੍ਰਿਤਸਰ ਦੇ ਵਿੱਚ ਸਕੋਚ ਦੇ ਨਾਮ ਦੀਆਂ ਲਾਇਬ੍ਰੇਰੀਆਂ ਖੁੱਲ੍ਹ ਰਹੀਆਂ ਨੇ, ਔਰ ਉਹ ਵੀ ਅੰਮ੍ਰਿਤਸਰ ਦੀ ਪ੍ਰਾਈਮ ਲੋਕੇਸ਼ਨ ਦੇ ਉੱਪਰ, ਜਿੱਥੋਂ ਅੰਮ੍ਰਿਤਸਰ ਦਾ ਕੋਈ ਵੀ ਐਂਟਰ ਹੁੰਦਾ ਬੰਦਾ ਹੈ ਉਹਦੀ ਨਿਗਾਹ ਉਹਦੇ ਉੱਪਰ ਪੈਗੀ ਹੀ ਪੈਗੀ। ਔਰ ਪੰਜਾਬ ਵਾਸਤੇ, ਅੰਮ੍ਰਿਤਸਰ ਵਾਸਤੇ ਬੜੀ ਸ਼ਰਮ ਦੀ ਗੱਲ ਆ ਕਿ ਸਕੋਚ ਦੇ ਨਾਂ ਦੀ ਲਾਇਬ੍ਰੇਰੀ ਖੁੱਲ੍ਹ ਗਈ ਹੈ, ਔਰ ਸਰਕਾਰ ਦੇ ਨੱਕ ਹੇਠ ਖੁੱਲ੍ਹੀ ਆ, ਔਰ ਸਰਕਾਰ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ। ਕੁੰਭਕਰਨੀ ਨੀਤ ਪ੍ਰਸ਼ਾਸਨ ਸੁੱਤਾ ਹੈ। ਜੇ ਇਸ ਲਾਇਬ੍ਰੇਰੀ ਨੂੰ ਸਰਕਾਰ ਦੇ ਕਿਸੇ ਅਦਾਰੇ ਨੇ ਮਾਨਤਾ ਦਿੱਤੀ ਆ, ਤਾਂ ਉਹਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਆ।
जे इसका नाम लाइब्रेरी नाम इन्हें अपने कोलो मालक ने रख लिया तो ये उपर कार्रवाई हो। डीसी साहब न एस डी एम साहब न बेनती है इसकी जाँच की जाए और साड़िया भावनावान ठेस पहुँची आ ये खिलाफ़ कानूनी कार्रवाई की जाए और स्कॉच के नाल लाइब्रेरी नाम मिटाया जाए और ना ही असी रहन देंगे। सरकार को यह चेतावनी भी आ ये नाम इन्हों खत्म करना पेगा। लाइब्रेरी सिर्फ तो सिर्फ बच्चों की पढ़ाई के नाल हुंदी आ, शहीदां दी यादगार दे नाल हुंदी आ, साडे गुरुआं पीरां दे इतिहास दे नाल जुड़ी हुंदी आ, साडा भविख भी इहदे विच आ, साडा आउण वाला समां वी इहदे विच आ, साडा बीतिया समां वी इहदे विच आ, साडा प्रेजेंट वी इहदे नाल आ। लाइब्रेरी नाम जिहड़ा इहदे विच असीं सख्त विरोध करदे आ लाइब्रेरी नाम दा। गुरु साहिब की कहना चाहोगे, असीं देख रहे तुसीं हग्गा हत्थां विच स्लोगन फड़े ने, की लिखिया आ ते आ जिहड़ियां कालियां पट्टियां बनियां की कारण की आ? सरकार दा इक स्लोगन आ बड़ा पुराना, पापा जी ना पियो शराब मैनू लै दिओ इक किताब, पापा जी गए लैण किताब अगों मिल गई फिर शराब। क्योंकि पापा ने सरकार दे कहिंदे शराब ते छड्ड दित्ती कि चल मेरे बच्चे कह रहे आ कि शराब छड्ड दो मैनू किताब लै दिओ। हुण पापा ने कहा मैं शराब दे पैसे बचा ले आ ते मैं किताब लैण जाना, वो भजदा भजाउंदा पहुँच गया ने पढ़ लिया लाइब्रेरी कहिंदा किताबां ही मिलदियां होणियां, अगों फिर उहनू शराब मिल गई। शराब तो पहले आदी सी, उहनू दस्सिया ते कनेडा वाली शराब आ, आ अमेरिका वाली शराब आ, आ यूरोप की शराब आ, आ रूस की शराब आ, वो फिर शराब लैके घर चला गया। सरकार नहीं चाहती कि पंजाबी जिहड़े आ पहला वांगू तंदुरुस्त ते सेहतमंद होण, क्योंकि पंजाब का जिहड़ा जिहड़ा जुस्सा वा वह हमेशा महाराजा रणजीत सिंह वर्गा जसा सिंह आहलूवाले वर्गा उहनू इह खत्म कर देना चाहुंदियां सरकारां। बागी विचार ने साडे, क्योंकि असी आजादी च रहना चाहुंदे आ, पर इन्हां ने साडी मानसिकता गुलाम कर रही है सरकार। और शराब पिया के नशे बाकी भी नशे तुहानू पता सारे दे के पंजाबियों नू बर्बाद कर रही आ। कैप्टन साहब ने एक सौं खाधी सी कि मैं चार हफ्तों के नशा खत्म कर दूंगा, और चार हफ्तों के नशा तो खत्म नहीं होया, साढ़े चार साल बीत गया, उस तरह सारा माफिया चल रहा। कैप्टन साहब ने हैंडओवर कर लिया काम उन्होंने कोलों, अकाली दल ने माफिया अकाली दल ने माफिया पैदा किया, कैप्टन साहब ने उन्होंने को हैंडओवर कर लिया कि लिया हूँ मैं चला, हूँ पाँच साल मैं चला। फ्रेंडली मैच करके लोगों को लुट रहे, लोगों की बड़ी आस सी कैप्टन साहब तो कि कैप्टन साहब इंसाफ करनगे साडे नाल। असी दब्बे कुचले गए हाँ, सुखबीर बादल ने ते बिक्रम मजीठे ने सानू दबा दिता है, साडे नाल इंसाफ करनगे। मैं कैप्टन साहब नूं दसना चाहुंदा, कैप्टन साहब 2017 दे विच तुहानू लोगों ने तुहानू नहीं जिताया, लोगों ने बादलों नूं हराया वा, तुहानू नहीं जिताया। लोग बादलों दे नाल नफरत करते सी, उन्हां ने बादलों नूं हराया, तुहानू नहीं जिताया, पर अज तुहाडे नाल इन्नी नफरत हो गई आ तुसीं सिंगल डिजिट नहीं लै सकते। जे कैप्टन की प्रधानगी दे विच कांग्रेस इलैक्शन लड़े सिंगल डिजिट भी नहीं लै सकती, इन्नी बुरी हालत करती कैप्टन ने। पर की कहना चाहोगे, असीं देखते हैं भी ये जिहड़ा मेन मार्ग आ बिल्कुल शहर जो एंट्रेंस हुंदा वा, इत्थों जिहड़े राजनेता लंघदे ने सरकारी अफसर भी लंघदे ने, पर अज तक किसी का ध्यान नहीं पिया। अपने मंत्री भी अमृतसर विच काफ़ी ने, पंजाब के प्रधान कांग्रेस के नवजोत सिंह सिद्धू जिहड़े ने वह भी अमृतसर रहिंदे ने, पर किसी का ध्यान नहीं पिया, तुहाडा ही ध्यान पिया वा। पर की कहना चाहोगे सरकारां नूं, जिहियां ध्यान क्यों नहीं पैंदा जिहड़ियां लाइब्रेरी दे नाल जिहड़ा शराब दे ठेके खोले गए ने? गरेवाल जी मैं तुहानूं दसां, ये अमृतसर का वो एरिया वा जिथों सिद्धू MLA आ, पूर्बी हल्के की जगह वा ये जिथों सिद्धू MLA आ। MLA की निगाह भी नहीं ये पई, मंत्री भी साढ़े इतने बहुत मंत्री रेंदे, बहुत MLA आ कांग्रेस के MLA संबंधित सरकार के सत्ताधर के MLA, उन्हां दी नज़र पैंदी आ, नज़र पै जाती आ, पर फोन करते यार तू मैनू हिस्सा तो पहुँचाया ही नहीं, वो हिस्सा पहुँच जाता अंदरों अंदरी, नज़र ये नहीं नज़र नहीं पैंदी, नज़र पैंदी आ सिर्फ इस करके हिस्सा लैण वास्ते, इस करके नज़र नहीं पैंदी कि असी समाज का भला कर दईए। बहुत ही शर्म की गल आ, MLA का जिहड़ा निगार इन्ना ज़्यादा आ गया पिछले लंबे पिछले समय तो, बहुत ज़्यादा आ गया पिछले 10 साल तो, सुखबीर बादल होना ने इन्ना निगार लियाता, इलैक्शन इन्नी महंगी करती, एक शरीफ बंदा इलैक्शन लड़न तो भी डरदा, तो जे कोई मेरे वर्गा आवाज़ चुकता उन्हूं परचे का नाँ लैके डरा लेंदे आ। मैं पंजाब के लोगों को बेनती करना चाहुंदा, एक किसान जथेबंदियों भी बेनती करना चाहुंदा, बार बार किसान जथेबंदियों के बयान आउंदे असी सियासत तो दूर रहना, असी सियासत तो दूर रहना। एक पिछे जे बयान आया सी इमरान खान का पाकिस्तान के प्रधानमंत्री का कि सियासत तो दूर वो आ जिहड़ा जानवर आ, जिहड़ा इंसान आ वो सियासत तो दूर नहीं हो सकता। मैं जथेबंदियों को बेनती करदा, लोग तुहाडे नाल जुड़े ने, लोगों तुहाडे ते विश्वास आ, तुसी सियासत दे विच आओ, एक नवी राजनीति की फिरत पाओ, लोक इंसाफ पार्टी तुहाडे नाल खड़ी होगी, तुहाडे पिछे खड़ी हो जूगी। असी पंजाब का भला चाहुंदे आ, पंजाब दे पाणियां दे मुद्दे ने,
पंजाब की एजुकेशन का मुद्दा है, पंजाब की हेल्थ का मुद्दा है, जिहड़ा वोटां चो गायब आ, जिहड़ा सिद्धू दे जबान तो भी गायब आ, जिहड़ा कैप्टन की जबान तो भी गायब आ, जिहड़ा सुखबीर की जबान तो भी गायब आ, जिहड़ा भाजपा की जबान तो भी गायब आ, उन्हां मुद्दियां ते आके तुसीं इलैक्शन लड़ो ते पंजाब नूं इक सिरद सरकार दिओ जो पंजाब दे पाणी नूं बचा सके, जो पंजाब की जवानी नूं बचा सके, फिर पंजाब का भला होगा। अदरवाइज इन्हां सरकारां ने सानूं लुट के खा जाणा है। किस तरह देखदे असीं देखदे आ भी कैप्टन साहब जिहड़े स्मार्ट स्कूल बनाए ने पिछले दिन अजनाले इक स्मार्ट स्कूल विचों चौंकीदार वल्लों जिहड़ी कि पट्ठियां ला के शराब कढ़ी जांदी सी, किस तरह तुसीं देखदे हो हुण जिहड़ी आ स्कॉच दी लाइब्रेरी खुल गई आ, किधर नूं जा रिहा साडा पंजाब दा उद्धार? पंजाब दा एजुकेशन सिस्टम एडा माड़ा हो चुका कि तुसीं एक अजनाले दे स्कूल चों शराब फड़ी गए तो हाईलाइट हो गया। पंजाब दे हर पिंड दे हर स्कूल का यही हाल आ। पंजाब दे पिंडां दे मास्टर ते पिंडां दे मुंडियां नूं कह देंदे आ काका अपने डैडी कोलों देसी घर दी कड्डी पहली बोतल सानूं लिया दे ते तैनूं पास कर देंगे। आ ते हाल साडे मास्टरां दा हो गया। और सिक्ख्या मंत्री नूं बेनती आ कि सिक्ख्या मंत्री साहब कोई कम करो, एजुकेशन की गल करो। एजुकेशन का हाल साडा इन्ना माड़ा हो चुका कि दसवीं का बच्चा जिहड़ा सरकारी स्कूल का दसवीं का बच्चा ਉਹਨੂੰ ਇੰਗਲਿਸ਼ ਦੇ ਵਿੱਚ ਇੱਕ ਐਪਲੀਕੇਸ਼ਨ ਨਹੀਂ ਲਿਖਣੀ ਆਉਂਦੀ, ਪੰਜਾਬੀ ਦੇ ਵਿੱਚ ਐਪਲੀਕੇਸ਼ਨ ਲਿਖਣੀ ਆਉਂਦੀ, ਆਪਣੇ ਸਾਈਨ ਕਰਨ ਤੋਂ ਸਿਵਾ ਉਹਨੂੰ ਦਸਾਂ ਬੰਦਿਆਂ ਦੇ ਨਾਮ ਨਹੀਂ ਲਿਖਣੇ ਆਉਂਦੇ। ਇਹ ਸਰਕਾਰ ਦੀ ਨਲਾਇਕੀ ਆ। ਔਰ ਨਕਲ ਮਾਰ ਕੇ ਪਾਸ ਕਰਾ ਕੇ ਆਪਣੇ ਬੋਰਡ ਦਾ ਨਾਮ ਬਣਾ ਲੈਂਦੇ ਨੇ ਕਿ ਸਾਡਾ ਪੰਜਾਬ ਦੇ ਸਕੂਲ ਇੰਡੀਆ 'ਚੋਂ ਪਹਿਲੇ ਨੰਬਰ 'ਤੇ ਆ। ਉਹਦੇ ਵਿੱਚ ਮੈਂ ਦੱਸਾਂ ਕਿ ਪੰਜਾਬ ਦੇ ਸਕੂਲ ਇੰਡੀਆ 'ਚੋਂ ਪਹਿਲੇ ਨੰਬਰ 'ਤੇ ਇਹ ਕੈਪਟਨ ਸਾਹਿਬ ਕਰੋੜਾਂ ਦੀ ਐਡ ਵੀ ਕਰ ਰਹੇ ਆ। ਮੈਂ ਤਾਂ ਬਾਕੀ ਸਕੂਲ 'ਤੇ ਨਹੀਂ ਦੇਖੇ ਬਾਕੀ ਸਟੇਟਾਂ 'ਤੇ, ਮੈਂ ਤਾਂ ਇਹੀ ਗੱਲ ਕਹਾਂਗੇ ਅੰਨਿਆਂ ਦੇ ਵਿੱਚ ਕਾਣਾ ਰਾਜਾ। ਹਰਮਿੰਦਰ ਗਿੱਲ ਸਾਹਿਬ ਨੇ ਇੱਕ ਪੋਸਟ ਪਾਈ ਸੀ MLA ਆ ਪੱਟੀ ਤੋਂ ਕਿ ਪੰਜਾਬ ਦੇ ਸਕੂਲ ਪਹਿਲੇ ਨੰਬਰ 'ਤੇ, ਮੈਂ ਉੱਥੇ ਕਮੈਂਟ ਵੀ ਕੀਤਾ ਸੀ, ਮੈਨੂੰ ਜਵਾਬ ਨਹੀਂ ਆਇਆ। ਇਹ ਤਾਂ ਫਿਰ ਅੰਨਿਆਂ ਦੇ ਵਿੱਚ ਉਹ ਕਾਣਾ ਰਾਜਾ ਹੋ ਗਿਆ ਨਾ। ਫਿਰ ਪੰਜਾਬ ਤੋਂ ਜਿਹੜੇ ਬਾਹਰ ਸਕੂਲ ਆਏ ਸੀ ਪੰਜਾਬ ਦੇ ਸਕੂਲਾਂ ਦਾ ਹਾਲ ਤਾਂ ਵੇਖਿਆ, ਉਹਦੇ ਬਿਲਕੁਲ ਅੰਨੇ ਹੋ ਗਏ। ਇਹਦੇ ਕਾਣੇ ਹੋਣਗੇ, ਮਾੜਾ ਜਿਹਾ ਦਿਖਦਾ ਹੋਊ ਇਹਨਾਂ ਨੂੰ ਸਕੂਲਾਂ ਨੂੰ ਫਿਰ, ਅਤੇ ਫਿਰ ਇਹਨਾਂ ਨੂੰ ਤੁਸੀਂ ਰਾਜੇ ਬਣਾ ਤਾ। ਬੜੀ ਸ਼ਰਮ ਦੀ ਗੱਲ, ਐਜੂਕੇਸ਼ਨ ਦਾ ਹਾਲ ਬਹੁਤ ਮਾੜਾ ਅਤੇ ਪ੍ਰਾਈਵੇਟ ਐਜੂਕੇਸ਼ਨ ਬਹੁਤ ਮਹਿੰਗੀ ਆ। 80% ਲੋਕ ਪੜ੍ਹ ਨਹੀਂ ਪਾ ਰਹੇ, ਐਜੂਕੇਟ ਨਹੀਂ ਹੋ ਪਾ ਰਹੇ। ਸਰਕਾਰਾਂ ਦੀਆਂ ਨੀਤੀਆਂ ਵੀ ਇਹੀ ਆ ਕਿ ਲੋਕ ਪੜ੍ਹਨ ਨਾ, ਜੇ ਪੜ੍ਹਨਗੇ ਤਾਂ ਸਾਡੇ ਕੋਲ ਆਪਣੇ ਹੱਕ ਮੰਗਣਗੇ। ਗਲੀਆਂ ਨਾਲੀਆਂ ਦੀ ਸਿਆਸਤ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਹੈ। ਮੈਨੂੰ ਡਰ ਆ ਕਿ ਲੋਕ ਫਿਰ ਸਿੱਧੂ ਦੀਆਂ ਗੱਲਾਂ ਦੇ ਵਿੱਚ ਨਾ ਆਉਣ। ਸਿੱਧੂ ਦੀਆਂ ਵੀ ਗੱਲਾਂ ਹੀ ਆ, ਗਪੌੜੀ ਆ, ਪ੍ਰਸ਼ਾਂਤ ਕਿਸ਼ੋਰ ਦਾ ਤੋਤਾ ਵਾ। ਇਹਨਾਂ ਤੋਂ ਬਚ ਜਾਓ ਪੰਜਾਬ ਦੇ ਲੋਕੋ, ਇਹਨਾਂ ਤੋਂ ਬਚ ਜਾਓ ਤਾਂ ਹੀ ਤੁਹਾਡਾ ਭਲਾ ਹੋਊਗਾ। ਕਿੱਦਾਂ ਦੇਖਦੇ ਤੁਸੀਂ? ਅਸੀਂ ਦੇਖਦੇ ਹਾਂ ਵੀ ਮੁੱਖ ਮੰਤਰੀ ਪੰਜਾਬ ਨੂੰ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਜੋ ਕਾਂਗਰਸ ਦੇ ਪ੍ਰਧਾਨ ਬਣੇ ਨੇ, ਉਹਨਾਂ ਨੇ 5 ਜਣੀਆਂ ਵਾਂ ਕੁਛ ਮੰਗਾਂ ਰੱਖੀਆਂ ਨਾ ਗਾੜੀ, ਵੀ ਇਹ ਜਿਹੜੀਆਂ ਮੰਗਾਂ ਵਾ ਹੋਣ ਚਾਹੀਦੀਆਂ ਵਾ। ਉਹਨਾਂ ਵਿੱਚ ਕੁਛ ਸਵਾਲ ਵੀ ਨੇ ਜਿਵੇਂ ਵੀ ਰੇਤ ਮਾਫੀ ਆ, ਜਿਹੜੀ ਬੇਅਦਬੀ ਮਾਮਲੇ ਨੇ ਉਹ ਜਿਹੜੀ ਆ, ਗੱਲ ਕਰੀਏ ਸ਼ਰਾਬ ਮਾਫੀਆ, ਮਤਲਬ ਅਲੱਗ ਅਲੱਗ ਤਰ੍ਹਾਂ ਦੇ ਮਾਫੀਆ ਬਾਰੇ ਜਿਹੜੀ ਗੱਲਬਾਤ ਕੀਤੀ ਗਈ, ਵੀ ਇਹ ਜਿਹੜੀ ਆ ਪਹਿਲ ਦੇ ਆਧਾਰ 'ਤੇ ਜਿਹੜੇ ਮੁੱਦੇ ਹੱਲ ਹੋਣੇ ਚਾਹੀਦੇ, ਕੀ ਲੱਗਦਾ ਇਹ ਮੁੱਦੇ ਹੱਲ ਹੋਣਗੇ? ਸਿੱਧੂ ਸਾਹਿਬ ਨੂੰ ਪਿਛਲੇ 15 ਸਾਲ ਤੋਂ ਸਿਆਸਤ ਦੇ ਵਿੱਚ ਆ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਸਿੱਧੂ ਸਾਹਿਬ ਉਦੋਂ ਸਰਕਾਰ ਦੇ ਵਿੱਚ ਸੀ, ਉਹਨਾਂ ਦੀ ਪਤਨੀ ਪਾਰਲੀਮਾਨੀ ਸਕੱਤਰ ਸੀ, ਪਰ ਉਹ ਉਹਨਾਂ ਨੂੰ ਉਦੋਂ ਬੇਅਦਬੀ ਦੀ ਯਾਦ ਨਹੀਂ ਆਈ। ਫਿਰ ਉਹ 2017 ਦੇ ਵਿੱਚ ਕਾਂਗਰਸ ਦੇ ਵਿੱਚ ਆਏ, ਉਹਨਾਂ ਨੂੰ ਫਿਰ ਬੇਅਦਬੀ ਦੀ ਯਾਦ ਨਹੀਂ ਆਈ। 2019 ਦੇ ਵਿੱਚ ਉਹਨਾਂ ਨੂੰ ਮੰਤਰੀ ਪਦ ਤੋਂ ਉਹਨਾਂ ਦਾ ਮੰਤਰੀ ਪਦ ਬਦਲ ਦਿੱਤਾ ਗਿਆ, ਰੁੱਸ ਕੇ ਆਪਣੇ ਘਰ ਬਹਿ ਗਏ, ਪਰ ਉਹਨਾਂ ਨੂੰ ਬੇਅਦਬੀ ਦੀ ਯਾਦ ਨਹੀਂ ਆਈ। ਉਹਨਾਂ ਨੂੰ ਸਿਰਫ ਅਤੇ ਸਿਰਫ ਕੁਰਸੀ ਦੇ ਨਾਲ ਪਿਆਰ ਸੀ। ਜਦੋਂ ਕੁਰਸੀ ਖੁਸਦੀ ਦਿਖੀ, ਕੈਪਟਨ ਦੀ ਪਕੜ ਹੁੰਦੀ ਦਿਖੀ, ਅਤੇ ਟਵੀਟ 'ਤੇ ਇੱਕ ਲੜਾਈ ਕਰਨੀ ਸ਼ੁਰੂ ਕਰਤੀ, ਬੇਅਦਬੀ ਦਾ ਨਾਮ ਲੈਣਾ ਸ਼ੁਰੂ ਕਰਤਾ, ਬਾਕੀ ਮੁੱਦਿਆਂ ਦਾ ਨਾਮ ਲੈਣਾ ਸ਼ੁਰੂ ਕਰਤਾ, ਐਜੂਕੇਸ਼ਨ ਦੀ ਗੱਲ ਕਰਨੀ ਸ਼ੁਰੂ ਕਰਤੀ। ਜਦੋਂ ਕਾਂਗਰਸ ਨੇ ਵੇਖਿਆ ਕਿ ਸਿੱਧੂ ਜਿਹੜਾ ਆਕ੍ਰਾਮਕ ਹੋ ਗਿਆ, ਅਤੇ ਕਾਂਗਰਸ ਨੇ ਉਹਨੂੰ ਚੋਗਾ ਪਾ ਦਿੱਤਾ, ਉਹਨੂੰ ਤੋਤਾ ਬਣਾ ਲਿਆ, ਦਿੱਲੀ ਸੱਦ ਕੇ ਉਹਨੂੰ ਤੋਤਾ ਬਣਾ ਲਿਆ ਕਿ ਤੂੰ ਬੋਲਣਾ ਨਹੀਂ, ਤੂੰ ਸਾਡਾ ਪ੍ਰਧਾਨ ਹੈ, ਤੂੰ ਬੋਲਣਾ ਨਹੀਂ ਆ। ਅੱਜ ਉਹ ਮੀਡੀਆ ਦੇ ਸਾਹਮਣੇ ਇੰਝ ਉਂਗਲ ਕਰ ਦਿੰਦਾ, ਨੋ ਕਮੈਂਟ ਕਰ ਦਿੰਦਾ, ਕਿਉਂਕਿ ਉਹਨੂੰ ਸਰਕਾਰ ਦੇ ਕੋਲੋਂ ਉੱਪਰੋਂ ਆਰਡਰ ਨਹੀਂ ਆ ਬੋਲਣ ਦਾ, ਉਹ ਸਰਕਾਰ ਦਾ ਤੋਤਾ ਬਣ ਕੇ ਰਹਿ ਗਿਆ ਏ। ਉਹਨੇ ਕੋਈ ਬੇਅਦਬੀ 'ਤੇ ਇਨਸਾਫ ਨਹੀਂ ਦਿਵਾਉਣਾ। ਜੇ ਉਹਨੇ ਬੇਅਦਬੀ 'ਤੇ ਇਨਸਾਫ ਦਿਵਾਉਣਾ ਹੁੰਦਾ ਤਾਂ ਉਹ ਪਹਿਲਾਂ ਹੀ ਗੱਲ ਕਰਦਾ, ਅੱਜ ਹੁਣ ਕਿਉਂ ਨਹੀਂ ਗੱਲ ਕਰ ਰਿਹਾ? ਇੱਕ ਚਿੱਠੀ ਇਹਨੇ ਵਿਖਾਵੇ ਵਾਸਤੇ ਕੈਪਟਨ ਨੂੰ ਮਿਲ ਕੇ ਦੇ ਆਇਆ ਵਾ ਕਿ ਚਾਚਾ ਜੀ ਇਹਦਾ ਕੰਮ ਕਰੋ, ਪਾਪਾ ਜੀ ਇਹਦਾ ਕੰਮ ਕਰੋ, ਪਰ ਉਨੀ ਦੇਰ ਨੂੰ ਕੋਡ ਆਫ ਕੰਡਕਟ ਲੱਗ ਜਾਣਾ, ਫਿਰ ਇਹਨੇ ਬੜਕਾ ਮਾਰਨੀਆਂ ਸਟੇਟਾਂ ਦੇ ਉੱਪਰ, ਮੈਨੂੰ ਬਣਾਓ ਮੁੱਖ ਮੰਤਰੀ, ਮੈਂ ਦੇਖੀ ਕਿਸ ਤਰ੍ਹਾਂ ਅੰਦਰ ਕਰਦਾ, ਮੈਂ ਦੇਖੀ ਕਿਸ ਤਰ੍ਹਾਂ ਅੰਦਰ ਕਰਦਾ। ਬਿਲਕੁਲ ਇਹ ਫਰੈਂਡਲੀ ਮੈਚ ਫਿਰ ਇਹਨਾਂ ਖੇਡਣਾ। 2017 'ਚ ਸਾਨੂੰ ਲੋਕਾਂ ਨੂੰ ਮੂਰਖ ਬਣਾ ਕੇ ਕੈਪਟਨ ਆ ਗਿਆ, ਹੁਣ ਇਹਨਾਂ ਨੇ ਮੂਰਖ ਬਣਾ ਕੇ ਸਿੱਧੂ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਆ। ਉਹੀ ਟੀਮ ਇਹਦੇ ਨਾਲ ਚੋਰਾਂ ਦੀ ਟੀਮ ਆ। ਮੈਂ ਸਿੱਧੂ ਨੂੰ ਫਿਰ ਮੰਨਾਂਗਾ, ਆਪਣੀ ਟੀਮ ਬਦਲੇ, ਜਿਹੜੀ ਚੋਰਾਂ ਜਿਨ੍ਹਾਂ ਦੇ ਘਰ ਰੋਟੀਆਂ ਖਾਂਦਾ, ਜਿਨ੍ਹਾਂ ਦੇ ਘਰ ਜਾ ਕੇ ਬਹਿੰਦਾ, ਉਹਨਾਂ ਨੂੰ ਬਦਲੇ। ਉਹਨਾਂ ਦੇ ਉੱਤੇ ਬੜੇ ਇਲਜ਼ਾਮ ਨੇ, ਉਹਨਾਂ ਦੇ ਮੁੰਡੇ ਰੇਤਾ ਕ੍ਰੈਸ਼ਰ 'ਚ MLA ਦਾ ਮੁੰਡਾ ਫੜਿਆ ਗਿਆ, ਅਤੇ ਜਾਮ ਹੋ ਗਏ ਸਾਰੇ ਕ੍ਰੈਸ਼ਰ,
उन्होंने बदले उन्होंने टिकटा ना दवावे फिर मैं मनागा कि सिद्धू ईमानदार लीडर आ पर मैनू पता सिद्धू नू कुर्सी दे नाल प्यार आ होर किसी नाल कोई प्यार नहीं है। और सब लास्ट सवाल मेरा जी की कहना चाहोगे जेकर जिहड़ा बोर्ड नहीं उतरदा तो की तुहाडे वल्लों अगली रणनीति की होगी किस तरह जिहड़ी मंग तुसीं करदे हो। जे बोर्ड नहीं उतरूगा जे सरकार नू शर्म नहीं आऊगी जे सिद्धू नू शर्म नहीं आऊगी उहदा एमएलए हलका वा जे ओह डीसी नू कह के बोर्ड नहीं बदलाऊगा जां डीसी साहब बोर्ड नहीं बदलणगे डीसी साहब एसडीएम साहब की जिम्मेवारी हुंदी आ फिर असी डीसी साहब का दफ्तर घेरांगे अणमिथे समय वास्ते ये बोर्ड नू उतरवा के लाइब्रेरी शब्द जिहड़ा पवित्र शब्द आ किताबां दा शब्द आ ਉਹਨੂੰ ਅਸੀਂ ਸਕੌਚ ਦੇ ਨਾਲ ਸ਼ਰਾਬ ਦੇ ਨਾਲ ਨਹੀਂ ਜੁੜਨ ਦੇਵਾਂਗੇ ਤਿੱਖਾ ਵਿਰੋਧ ਕੀਤਾ ਜਾਊਗਾ। ਔਰ ਕੀ ਕਹਿਣਾ ਚਾਹੋਗੇ ਅਸੀਂ ਦੇਖਦੇ ਹਾਂ ਵੀ ਗੁਰੂ ਨਗਰੀ ਆ ਅੰਮ੍ਰਿਤਸਰ ਨਗਰੀ ਹੈ ਜਿਹੜੀ ਕਿ ਗੁਰੂਆਂ ਪੀਰਾਂ ਦੀ ਧਰਤੀ ਆ ਹਰ ਕੋਈ ਇੱਥੇ ਜਿਹੜਾ ਨਤਮਸਤਕ ਹੁੰਦਾ ਮੱਥਾ ਟੇਕਦਾ ਵਾ ਟੂਰਿਸਟ ਬਾਹਰੋਂ ਆਉਂਦੇ ਨੇ ਕਿੰਨਾ ਕੁ ਮਾੜਾ ਅਸਰ ਪਊਗਾ ਇਸ ਚੀਜ਼ ਨੂੰ ਲੈ ਕੇ ਕਿਉਂਕਿ ਮੇਨ ਗੇ ਗੋਲਡਨ ਗੇਟ ਤੋਂ ਜਿਹੜਾ ਮੇਨ ਐਂਟਰੈਂਸ ਹੈਗਾ ਸਾਹਮਣੇ ਅਲਫਾ ਵਨ ਆ ਕਿੰਨਾ ਕੁ ਚੰਗਾ ਲੱਗੂਗਾ ਜਦੋਂ ਸਕੌਚ ਦੀ ਲਾਇਬ੍ਰੇਰੀ ਲਿਖਿਆ ਹੋਊਗਾ ਨਾ ਕਿ ਇੱਥੇ ਕਿਤਾਬਾਂ ਦੀ ਲਾਇਬ੍ਰੇਰੀ ਨਾ ਹੋਰ ਕਿਸੇ ਸਿੱਖ ਇਤਿਹਾਸ ਬਾਰੇ ਕੀ ਕਹਿਣਾ ਚਾਹੋਗੇ। ਪੂਰੀ ਦੁਨੀਆ ਦੇ ਵਿੱਚ ਅੰਮ੍ਰਿਤਸਰ ਸਾਹਿਬ ਦਾ ਨਾਮ ਗੁਰੂ ਰਾਮਦਾਸ ਜੀ ਦੇ ਕਰਕੇ ਆ ਗੁਰੂ ਰਾਮਦਾਸ ਜੀ ਦੀ ਨਗਰੀ ਆ ਉਹਦੇ ਕਰਕੇ ਪੂਰੀ ਦੁਨੀਆ ਦੇ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਸ਼ਹਿਰ ਦਾ ਨਾਮ ਆ ਪਵਿੱਤਰ ਸ਼ਹਿਰ ਦਾ ਦਰਜਾ ਵੀ ਦਿੱਤਾ ਗਿਆ ਹੈ ਅੰਮ੍ਰਿਤਸਰ ਨੂੰ। ਪਰ ਜਦੋਂ ਕੋਈ ਟੂਰਿਸਟ ਬਾਹਰੋਂ ਆਏਗਾ ਵਿਦੇਸ਼ ਤੋਂ ਜਾਂ ਪੰਜਾਬ ਤੋਂ ਬਾਹਰ ਤੋਂ ਆਏਗਾ ਔਰ ਉਹ ਸਾਨੂੰ ਮਜ਼ਾਕ ਕਰੂਗਾ ਪੰਜਾਬੀਆਂ ਨੂੰ ਅੰਮ੍ਰਿਤਸਰੀਆਂ ਨੂੰ ਕਿ ਤੁਸੀਂ ਇੰਨੇ ਮਰੇ ਹੋਏ ਜੇ ਤੁਹਾਡੀ ਹਿੱਕ ਦੇ ਉੱਤੇ ਅਗਲਾ ਨੇ ਸਕੌਚ ਦੀ ਲਾਇਬ੍ਰੇਰੀ ਖੋਲ੍ਹ ਦਿੱਤੀ ਅਤੇ ਤੁਸੀਂ ਆਪਣੇ ਘਰਾਂ ਦੇ ਵਿੱਚ ਬੈਠੇ ਆਰਾਮ ਦੇ ਨਾਲ ਸੁੱਤੇ ਪੈ ਜੇ। ਮੈਂ ਅੰਮ੍ਰਿਤਸਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਉੱਠ ਕੇ ਬਾਹਰ ਆਓ ਵਿਰੋਧ ਕਰੋ ਲੜਦੇ ਲੋਕਾਂ ਦੀ ਜਿੱਤ ਹੁੰਦੀ ਆ ਸੁੱਤੇ ਪਏ ਲੋਕਾਂ 'ਤੇ ਰਾਜ ਹੁੰਦਾ ਵਾ ਤੁਸੀਂ ਲੜੋ ਵਿਰੋਧ ਕਰੋ ਤੁਹਾਡੇ ਭਵਿੱਖ ਦਾ ਸਵਾਲ ਆ ਪੰਜਾਬ ਦੀ ਜਵਾਨੀ ਦਾ ਸਵਾਲ ਆ ਪੰਜਾਬ ਦੀ ਕਿਸਾਨੀ ਦਾ ਸਵਾਲ ਆ। ਠੀਕ ਹੈ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਤੁਸੀਂ ਦੇਖਿਆ ਵੀ ਸਿੱਖ ਜਥੇਬੰਦੀਆਂ ਵਿੱਚ ਕਿੰਨਾ ਰੋਸ ਪਾਇਆ ਜਾ ਰਿਹਾ ਵਾ ਅਤੇ ਉਹਨਾਂ ਕਿਹਾ ਵੀ ਜਿੰਨਾ ਚਿਰ ਜਿਹੜੀ ਸਕੋਚ ਦੀ ਜਿਹੜੀ ਲਾਇਬ੍ਰੇਰੀ ਦੇ ਡੇਢੇ ਬੋਰਡ ਨਹੀਂ ਉੱਤਰਦੇ ਇਸੇ ਤਰ੍ਹਾਂ ਜਿਹੜਾ ਵਿਰੋਧ ਚੱਲਦਾ ਰਹੇਗਾ ਹੁਣ ਦੇਖਣਾ ਹੈਗਾ ਵੀ ਇਹ ਜਿਹੜੀ ਹੈ ਸਕੋਚ ਦੀ ਜਿਹੜੀ ਲਾਇਬ੍ਰੇਰੀ ਦੇ ਬੋਰਡ ਕਦ ਤੱਕ ਉੱਤਰਦੇ ਨੇ ਮੈਨੂੰ ਦਿਓ ਇਜਾਜ਼ਤ ਮੈਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ।